ਕੈਨੇਡਾ ਦੇ ਸ਼ਹਿਰ ਪ੍ਰਿੰਸ ਜੌਰਜ ਦੇ ਵਿੱਚ 13ਵੀਂ ਸਾਲਾਨਾ ਪੰਜਾਬੀ ਸੀਨੀਅਰ ਬਾਈਕ ਥੋਨ ਦਾ ਆਯੋਜਨ ਕੀਤਾ ਗਿਆ। ਪਿਛਲੇ 13 ਸਾਲਾਂ ਤੋਂ ਲਗਾਤਾਰ ਇਹ ਬਾਈਕ ਥੋਨ ਕੀਤੀ ਜਾ ਰਹੀ ਹੈ, ਜਿਸ ਦੇ ਜ਼ਰੀਏ ਫੰਡ ਇਕੱਠਾ ਕਰਕੇ ਸਪਿਰਿਟ ਆਫ ਨੌਰਥ ਹੈਲਥ ਕੇਅਰ ਫਾਊਂਡੇਸ਼ਨ ਨੂੰ ਦਿੱਤਾ ਜਾ ਰਿਹਾ ਅਤੇ ਇਹ ਫੰਡ BC ਦੇ ਨੌਰਥਨ ਇਲਾਕੇ ਵਿੱਚ ਹੈਲਥ ਕੇਅਰ ਦੀਆਂ ਸੇਵਾਵਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ ਵਰਤਿਆ ਜਾ ਰਿਹਾ ਹੈ। ਸਪਿਰਿਟ ਆਫ ਨੌਰਥ ਹੈਲਥ ਕੇਅਰ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਗਰੁੱਪ ਵੱਲੋਂ ਹੁਣ ਤੱਕ 2,13,000 ਕੈਨੇਡੀਅਨ ਡਾਲਰ ਇਕੱਠੇ ਕਰਕੇ ਹੈਲਥ ਕੇਅਰ ਨੂੰ ਸਪੋਰਟ ਕਰਨ ਲਈ ਦਿੱਤੇ ਜਾ ਚੁੱਕੇ ਨੇ। ਇਹ ਬਾਈਕ ਰੈਲੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਤੋਂ ਸ਼ੁਰੂ ਹੋਈ ਅਤੇ ਪੜਨ ਲੇਕ ਤੱਕ ਗਈ, ਜਿਸ ਦਾ ਫਾਸਲਾ ਲਗਭਗ 75 ਤੋਂ 80 ਕਿਲੋਮੀਟਰ ਬਣਦਾ ਹੈ ਅਤੇ ਇੰਨੀ ਦੂਰ ਤੱਕ ਬਾਈਕ ਸਵਾਰਾਂ ਨੇ ਸਾਈਕਲ ਚਲਾ ਕੇ ਇਸ ਰੈਲੀ ਨੂੰ ਪੂਰਾ ਕੀਤਾ ਅਤੇ ਇਸ ਥੋਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਪੜਨ ਲੇਕ ਦੇ ਉੱਤੇ ਜਿੱਥੇ ਹੋਰ ਲੋਕਾਂ ਅਤੇ ਬਾਈਕਰਸ ਦੇ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ, ਉੱਥੇ ਹੀ ਇਹਨਾਂ ਦੇ ਸਮਰਥਨ ਵਿੱਚ ਪਹੁੰਚੇ ਲੋਕਾਂ ਲਈ ਬੋਟਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸੇ ਦੌਰਾਨ ਹੀ ਇਸ ਬਾਈਕ ਥੋਨ ਦੇ ਪ੍ਰਬੰਧਕਾਂ ਅਤੇ ਕੁਝ ਹੋਰ ਅਫੀਸ਼ੀਅਲਸ ਨੇ ਇਸ ਸੰਬੰਧੀ ਚਾਨਣਾ ਪਾਇਆ ਕਿ ਕਿਵੇਂ ਪੰਜਾਬੀ ਸੀਨੀਅਰਸ ਵੱਲੋਂ ਕੀਤੀ ਜਾਂਦੀ ਇਹ ਬਾਈਕ ਥੋਨ ਰੈਲੀ ਹੈਲਥ ਕੇਅਰ ਦੀਆਂ ਸੇਵਾਵਾਂ ਨੂੰ ਉੱਤਮ ਬਣਾਉਣ ਦੇ ਲਈ, ਉਹਨਾਂ ਨੂੰ ਉੱਚਾ ਚੁੱਕਣ ਦੇ ਲਈ ਆਪਣਾ ਯੋਗਦਾਨ ਪਾ ਰਹੀ ਹੈ। This event raises significant money every year, and because of your support over the last number of years, the very first cardiac care unit has been opened at UHNBC, which is huge for the North. So this is the start of our cardiac program for Northern BC, and our long-term goal is to bring interventional cardiac care to Prince George. What does that mean? Well, that means if you know that someone needs a stent put in, instead of going to Kelowna or Vancouver Island, they will come to Prince George to have that procedure done. It's going to save a ton of travel for patients and families. It's a huge addition for Northern BC. And so because of your support, we've started that process. We're in infancy, it's just started, but this program will continue to grow. And we're very excited. This is the biggest need that is in Northern BC right now is cardiac care. And you guys are helping us close that gap. That is huge. So thank you so much for your support. I would simply like to share the thought with you that I sit as a volunteer on the board with the Spirit of the North. I think it's been 10 or more years. Yep. It might be as many years as this bike ride has gone on. Maybe it's been 12 years for me. 13, yeah. Congratulations to you. Congratulations to the riders. Congratulations to you wonderful ladies for putting out this terrific lunch. I enjoyed it very much. In fact, a man at the lunch table today said to me, "You don't have to wait till next year to get a good meal like this. You can come to Temple and we can probably feed you." So I'll be there. Watch for me. Thank you. Thank you on behalf of the board. ਹਰ ਇੱਕ ਸਾਲ ਆਉਂਦਾ ਜੀ, 13 ਸਾਲ ਹੋ ਗਿਆ ਅਤੇ ਬਾਈਕ ਰਾਈਡ ਦੀ ਰਣਦੀਪ ਸਿੰਘ ਪਾਵਰ ਭਾਅ ਜੀ ਹੁਣੀ ਔਰਗਨਾਈਜ਼ ਕਰ ਰਹੇ ਹਾਂ ਪਹਿਲੇ ਦਿਨ ਤੋਂ ਹੀ। ਪਹਿਲਾਂ ਮੈਂ ਦੱਸਦਾ ਇਹਨਾਂ ਨੇ ਕੀ ਕਿਹਾ ਹੈਗਾ, ਫਿਰ ਜਿਹੜੀ ਆਪਣੀ ਬਾਈਕਰ ਸਾਨੂੰ। ਸੋ ਪ੍ਰਿੰਸ ਜੌਰਜ ਦੇ ਵਿੱਚ ਜੇ ਤੁਹਾਨੂੰ ਹਾਰਟ ਅਟੈਕ ਹੋ ਜਾਂਦਾ ਸੀਗਾ ਅਤੇ ਸੀਰੀਅਸ ਆ ਚਾਹੇ ਨਹੀਂ ਸੀਰੀਅਸ ਹੈਗਾ, ਇੱਥੋਂ ਤੁਹਾਨੂੰ ਫਲਾਈ ਕਰਕੇ ਉਹ ਜਾਂ ਕਲੋਨਾ ਲੈ ਕੇ ਜਾਂਦੇ ਸੀਗੇ ਜਾਂ ਵਿਕਟੋਰੀਆ ਜਾਂ ਵੈਂਕੂਵਰ।
ਸੋ ਹੁਣ ਇਹਨਾਂ ਨੇ ਟਾਵਰ 1 ਇੱਥੇ ਸ਼ੁਰੂ ਕਰ ਦਿੱਤਾ ਹੈਗਾ ਵਾ ਬਣਾਉਣਾ। ਸੋ ਜਿਹੜਾ ਵੀ ਸਟੈਂਟ, ਓਪਨ ਹਾਰਟ ਸਰਜਰੀ ਨਹੀਂ ਹੋਇਆ ਕਰਨੀ ਇੱਥੇ, ਲੇਕਿਨ ਸਟੈਂਟ ਜੇ ਪਊਗਾ ਤੁਹਾਡੇ ਤਾਂ ਇੱਥੇ ਪ੍ਰਿੰਸ਼ੋਰ ਜੀ ਪੈ ਜਾ ਕਰਨਾ ਪਹਿਲੇ ਟਾਵਰ 1 ਤੋਂ। ਟਾਵਰ 2 ਫਿਰ ਜਿਹੜਾ ਹੈਗਾ ਵਾ ਉਹ ਨੈਕਸਟ, ਉਸ ਤੋਂ ਬਾਅਦ ਸ਼ੁਰੂ ਹੋ ਜਾਣਾ, ਫਿਰ ਸਾਰਾ ਪ੍ਰੋਸੀਜਰ ਇੱਥੇ ਹੋ ਜਾਣਾ। ਸੋ ਆਪਾਂ ਜਿਹੜਾ ਪੈਸਾ ਇਕੱਠਾ ਕਰਦੇ ਹਾਂ ਜਿੰਨਾ ਵੀ ਹੈਗਾ ਵਾ ਉਹ ਸਾਰੀ ਚੀਜ਼ ਦੇ ਲਈ ਜਾਂਦਾ ਹੈਗਾ। ਅਤੇ ਬੜੇ ਧੰਨਵਾਦੀ ਆਪਣੇ, ਅਤੇ ਹਰ ਇੱਕ ਸਾਲ ਇਹ ਚੀਜ਼ ਆਪਾਂ ਕਰਦੇ ਹਾਂ। ਭਾਜੀ ਗੁਰਦੀਪ, ਹਰ ਇੱਕ ਸਾਲ ਅਸੀਂ ਕਹਿੰਦੇ ਹੈਗੇ ਹਾਂ ਕਿ ਕੋਈ ਨਾ ਕੋਈ ਆਵੇ ਹੋਰ ਯੰਗਾਂ ਦੇ ਵਿੱਚੋਂ ਔਰਗਨਾਈਜ਼ ਕਰਨ ਦੇ ਲਈ। ਬਾਈਕਰਸਾਨ ਇਕੱਲਾ ਹੀ ਨਹੀਂ ਹੈਗਾ, ਇੱਕ ਸਾਲ ਦਾ ਇਹੀ ਚੀਜ਼ ਕਰਦੇ ਹਾਂ, ਆਪਾਂ ਹੋਰ ਵੀ ਚੀਜ਼ਾਂ ਕਰ ਸਕਦੇ ਹੈਗੇ ਹਾਂ ਜਿੱਥੇ ਕਿ ਸਾਡੀ ਜਿਹੜੀ ਕਮਿਊਨਿਟੀ ਦਾ ਮਾਣ ਹੈਗਾ ਉੱਚਾ ਸਿਰ ਹੋਵੇ, ਚਾਹੇ ਅਸੀਂ ਗੁਰਦੁਆਰੇ ਤੋਂ ਕਰੀਏ, ਕਿਸੇ ਚੀਜ਼ ਤੋਂ ਵੀ ਕਰੀਏ ਇਕੱਠੇ ਹੋ ਕੇ। ਐਤਕੀ 20 ਰਾਈਡਰ ਸੀਗੇ ਜਿਹੜੇ ਕਿ ਆਏ ਹੈਗੇ ਆ, ਹਰ ਇੱਕ ਸਾਲ ਆਲਮੋਸਟ ਇੰਨੇ ਕੁ ਹੁੰਦੇ ਆ, ਪਰ ਬਹੁਤ ਜਾਣੇ ਹੈਗੇ ਆ ਜਿਹੜੇ ਕਿ ਰਾਈਡ ਕਰ ਸਕਦੇ ਹੈਗੇ ਆ, ਇੰਨਾ ਨਹੀਂ ਕਰ ਸਕਦੇ, ਘੱਟ ਕਰ ਲਿਆ ਕਰਨ, ਪਰ ਜਿੰਨੇ ਜ਼ਿਆਦਾ ਜਾਣੇ ਹੋਣਗੇ ਸਾਨੂੰ ਬੜਾ ਹੌਸਲਾ ਹੁੰਦਾ ਚਾਹੀਦਾ। ਸੈਕਿੰਡ ਥਿੰਗ, ਜਿੰਨੇ ਆ ਤੁਸੀਂ ਸਾਰੇ ਜਾਣੇ ਆਏ ਹਾਂ, ਸਾਨੂੰ ਬੜਾ ਜਦੋਂ ਇੱਥੇ ਅਸੀਂ ਸਾਈਕਲ ਲੈ ਕੇ ਆਉਂਦੇ ਹਾਂ, ਤਾੜੀਆਂ ਮਾਰਦੇ ਹਾਂ, ਸਾਨੂੰ ਬੜੀ ਖੁਸ਼ੀ ਹੁੰਦੀ ਆ। ਅਤੇ ਲੇਡੀਜ਼ ਅਤੇ ਮੈਨ, ਖਾਣਾ ਤੁਸੀਂ ਕਰਦੇ ਹੈਗੇ ਆ ਪਿਆਰ ਸਾਰਿਆਂ ਦੇ ਲਈ ਵੀ ਬਹੁਤ ਵਧੀਆ ਵਾ, ਪ੍ਰੈਕਟਿਸ ਵੀ ਹੋ ਜਾਂਦੀ, ਗੈਦਰਿੰਗ ਵੀ ਹੋ ਜਾਂਦੀ। ਅਤੇ ਸੋ ਅਗੇਨ ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ। ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਮੈਂ ਪੰਜਾਬੀ ਕੈਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ, ਜਿਹੜੇ ਵੀ ਲੇਡੀ ਨੇ ਖਾਣਾ ਕੁੱਕ ਕੀਤਾ, ਬਹੁਤ ਵਧੀਆ ਖਾਣਾ ਬਣਾਇਆ ਅਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿੰਨਿਆਂ ਨੇ ਵੀ ਸਪੋਂਸਰ ਨੇ ਮਨੀ ਦਾ ਦਾਨ ਕੀਤਾ, ਜੋ ਹੋਸਪਿਟਲ ਚੀਜ਼ਾਂ ਬਣ ਰਹੀਆਂ ਨੇ, ਅਤੇ ਉਸ ਲਈ ਮੈਂ ਸਭ ਦਾ ਧੰਨਵਾਦ ਹਾਂ। ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਥੈਂਕ ਯੂ, ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਧੰਨਵਾਦ ਆ ਜੀ, ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ, ਜੋ ਹਰੇਕ ਸਾਲ ਆ ਜਾਂ 13ਵਾਂ ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਕਿ ਆਪਾਂ ਔਰਗੇਨਾਈਜ਼ ਕਰਦੇ ਹਾਂ, ਭਾਈ ਗੁਰਦੀਪ ਸਿੰਘ ਜੀ ਪਾਵਰ, ਸਾਰੀ ਇਹਨਾਂ ਦੀ ਟੀਮ ਜਿੰਨਾ ਵੀ ਔਰਗੇਨਾਈਜ਼ ਕਰਦੇ ਬਹੁਤ ਵਧੀਆ ਕਰਦੇ ਆ। ਇਹ ਸੀਨੀਅਰ ਸੁਸਾਇਟੀ ਜਿਹੜੀ ਆਪਣੀ ਹੈਗੀ ਪੰਜਾਬੀ ਆ, ਉਹਨਾਂ ਦੇ ਵੱਲੋਂ ਆਪਣੀ ਸਾਰੀ ਕਮਿਊਨਿਟੀ ਵੱਲੋਂ ਜੋ ਵੀ ਫੰਡ ਇਕੱਠਾ ਕਰਦੇ ਆ ਤੇ ਆਪਾਂ ਇਹਨਾਂ ਨੂੰ ਡੋਨੇਟ ਕਰਦੇ ਹਾਂ, ਇਹਦੇ ਲਈ ਸਾਰਿਆਂ ਦਾ ਧੰਨਵਾਦ। ਜਿੰਨੀਆਂ ਵੀ ਇੱਥੇ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ। ਦੂਜੇ ਨੰਬਰ 'ਤੇ ਮੈਂ ਬੋਲਣਾ ਚਾਹੁੰਦਾ ਕਿ ਆਪਣਾ ਮਨੁੱਖਤਾ ਦੀ ਸੇਵਾ ਜੋ ਲੁਧਿਆਣੇ ਨਾਲ ਸੰਬੰਧ ਰੱਖਦੇ ਆ ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਤੋਂ ਆਪਾਂ ਸਾਰੇ ਪ੍ਰਿੰਸਚਰ ਦੀ ਸੰਗਤ ਵੱਲੋਂ ਪਿਛਲੇ ਲਗਭਗ ਸਤੰਬਰ ਅਕਤੂਬਰ ਮਹੀਨੇ ਤੋਂ ਆਪਾਂ ਸਾਰੇ ਉਹਨਾਂ ਨਾਲ ਜੁੜੇ ਹਾਂ। ਆਪਾਂ ਕੋਈ ਮਣੀ ਨਹੀਂ ਇਕੱਠੀ ਕਰਦੇ, ਸਿਰਫ ਆਪਣਾ ਇੱਕ ਹੀ ਹੈਗਾ ਕਿ ਆਪਾਂ ਜਿੰਨਾ ਵੀ ਰੀਸਾਈਕਲੇਬਲ ਬੋਟਲ ਹੁੰਦੀਆਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ 5-10-15 ਡਾਲਰ ਦੀਆਂ ਹੁੰਦੀਆਂ, ਆਪਾਂ ਅੱਗੇ ਵੀ ਉੱਥੇ ਜਾ ਕੇ ਸਬਮਿਟ ਕਰਦੇ ਹਾਂ, ਉਹ ਪੈਸੇ ਦਾ ਆਪਣੇ ਇੰਨੇ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ। ਆਪਾਂ ਇਸ ਤਰ੍ਹਾਂ ਦਾ ਸਿਸਟਮ ਇੱਕ ਕ੍ਰੀਏਟ ਕੀਤਾ ਹੈਗਾ ਕਿ ਮਨੁੱਖ ਜਿੱਥੇ ਵੀ ਟੋਪ ਬੋਟਲ ਡੀਪੂ ਹੈਗਾ ਉੱਥੇ ਮਨੁੱਖਤਾ ਦੀ ਸੇਵਾ ਦੇ ਨਾਮ 'ਤੇ ਇੱਕ ਅਕਾਊਂਟ ਓਪਨ ਕੀਤਾ, ਜਿਹਦੇ ਵਿੱਚ ਜਿੰਨੀਆਂ ਵੀ ਬੋਟਲ ਜਿਹੜੀ ਰੀਸਾਈਕਲੇਬਲ ਹੁੰਦੀਆਂ ਉਹ ਆਪਾਂ ਉਹਦੇ ਵਿੱਚ ਸਬਮਿਟ ਕਰਦੇ ਹਾਂ, ਅਤੇ ਜਿੰਨਾ ਵੀ ਉੱਥੋਂ ਪੈਸਾ ਇਕੱਠਾ ਹੁੰਦਾ ਉਹ ਮਨੁੱਖਤਾ ਦੀ ਸੇਵਾ ਦੇ ਨਾਮ 'ਤੇ ਆਪਾਂ ਉਹਨਾਂ ਨੂੰ ਸੈਂਡ ਕਰਦੇ ਹਾਂ। ਜਦੋਂ ਤੱਕ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਜੁੜੇ ਅਸੀਂ ਬਹੁਤ ਜ਼ਿਆਦਾ ਪਹੁੰਚ ਕੀਤੀ ਸਾਰਿਆਂ ਤੱਕ, ਜਿਹੜੇ ਸਾਡੇ ਨਾਲ ਜੁੜੇ ਆ ਉੱਥੇ ਆਲਰੇਡੀ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ। ਬਾਕੀ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਉਹ ਰੀਸਾਈਕਲ ਬੋਟਲ ਵਗੈਰਾ ਜੋ ਵੀ ਹੁੰਦੀਆਂ ਜੋ ਪਾਰਟਸ ਆ ਉਹ ਆਪਾਂ ਉੱਥੇ ਸਬਮਿਟ ਕਰੀਏ, ਜਿੰਨਾ ਵੀ ਪੈਸਾ ਮਨੁੱਖਤਾ ਦੀ ਸੇਵਾ ਨੂੰ ਆਪਾਂ ਵੱਧ ਚੜ੍ਹ ਕੇ ਭੇਜ ਸਕਦੇ ਹਾਂ। ਜਦੋਂ ਤੋਂ ਆਪਾਂ ਉਹਨਾਂ ਨਾਲ ਜੁੜੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ, ਪਹਿਲਾਂ ਮੈਂ ਮਾਰਚ ਮਹੀਨੇ 'ਚ ਮੈਂ ਆਪ ਉੱਥੇ ਵਿਜਿਟ ਕਰਕੇ ਆਇਆ, ਉਹਨਾਂ ਦਾ ਸਿਸਟਮ ਬਹੁਤ ਹੀ ਵਧੀਆ, ਉਹ ਸਾਰਾ ਆਪਣੇ ਕੋਲ
ਆਨਲਾਈਨ ਸਾਰਾ ਸਿਸਟਮ ਹੈਗਾ, ਆਪਾਂ ਦੇਖ ਵੀ ਸਕਦੇ ਹਾਂ। ਉਹ ਇੰਨਾ ਵਧੀਆ ਕੰਮ ਕਰ ਰਹੇ ਆ, ਹੁਣ ਤੱਕ ਆਪਾਂ 1.5 ਲੱਖ ਰੁਪਇਆ ਉਹਨਾਂ ਨੂੰ ਪਹਿਲਾਂ ਭੇਜਿਆ ਸੀਗਾ, ਜਿਹੜਾ ਕਿ ਤੁਹਾਡੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਹੋਇਆ। ਉਸ ਤੋਂ ਇਲਾਵਾ ਹੁਣ ਆਪਣੇ ਕੋਲ $1400 ਮੈਂ ਉੱਥੇ ਜਿਹੜਾ ਅਕਾਊਂਟ ਓਪਨ ਕੀਤਾ ਉਹਦੇ ਵਿੱਚ ਆਪਣਾ $1400 ਦਾ ਇੱਕ ਚੈੱਕ ਲੈ ਕੇ ਆਏ ਹਾਂ, ਜਿਹੜਾ ਕਿ ਹੁਣ ਆਪਾਂ ਉਹਨਾਂ ਨੂੰ ਸੈਂਡ ਕਰ ਰਹੇ ਹਾਂ। ਇਸ ਕਰਕੇ ਲਗਭਗ ਆਪਣੇ ਲਈ $2-4-5 ਕੋਈ ਮਾਇਨੇ ਨਹੀਂ ਰੱਖਦੇ, ਪਰ ਉੱਥੇ ਜਾ ਕੇ ਜਦੋਂ ਦੇਖੀਦਾ ਕਿ ਇੰਨੇ ਜ਼ਿਆਦਾ ਲੋੜਵੰਦ ਬੈਠੇ ਆ, ਉਹਨਾਂ ਨੂੰ $1400-1500 ਵੀ ਜਿਹੜਾ ਇੱਥੋਂ ਇਕੱਠਾ ਕੀਤਾ, ਉੱਥੇ ਲਗਭਗ 85-90 ਹਜ਼ਾਰ ਬਣ ਜਾਣਾ। ਬਹੁਤ ਵੱਡੀ ਅਮਾਊਂਟ ਬਣ ਜਾਂਦੀ ਆ, ਆਪਾਂ ਉਹਦਾ ਤਿਨਕਾ ਵੀ ਜੋੜੀਏ ਤਾਂ ਇਹ ਬਹੁਤ ਵੱਡੀ ਅਮਾਊਂਟ ਬਣ ਜਾਂਦੀ ਆ। ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਕਿਸੇ ਤੋਂ ਕੋਈ ਕੈਸ਼ ਜਾਂ ਪੈਸੇ ਨਹੀਂ ਮੰਗਦੇ, ਸਿਰਫ ਆਪਣਾ ਜਿੰਨਾ ਵੀ ਰੀਸਾਈਕੇਬਲ ਬੋਟਲ ਵਗੈਰਾ ਹੁੰਦੀਆਂ ਉਹ ਉੱਥੇ ਸਬਮਿਟ ਕਰੀਏ ਅਤੇ ਆਪਾਂ ਵੀ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ। ਜੇ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਇਹਦੇ ਬਾਰੇ ਚਾਹੀਦੀ ਆ, ਐਨੀ ਟਾਈਮ ਮੇਰੇ ਨਾਲ ਕੰਟੈਕਟ ਕਰਕੇ ਉਹ ਪੁੱਛ ਸਕਦੇ ਆ। ਜੇ ਹੁਣ ਵੀ ਤੁਹਾਡਾ ਕੋਈ ਕੁਐਸਚਨ ਹੋਏ ਬਾਅਦ 'ਚ ਮੈਨੂੰ ਮਿਲ ਸਕਦੇ ਆ। ਸਾਰਿਆਂ ਦਾ ਧੰਨਵਾਦ ਜਿੰਨੇ ਵੀ ਇੱਥੇ ਆਏ ਆ, ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਤਾਂ ਸਭ ਕੁਛ ਤੁਹਾਨੂੰ ਦੱਸ ਹਟੇ, ਧੰਨਵਾਦ ਕਰ ਹਟੇ, ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਾਰਿਆਂ ਦੇ ਸਹਿਯੋਗ ਨਾਲ ਇਹ ਚੱਲ ਰਿਹਾ ਹੈਗਾ। ਇੱਕ ਸਾਡਾ ਖਾਸ ਦੋਸਤ ਜਿਹਨੂੰ ਅੱਜ ਮੈਂ ਯਾਦ ਕਰ ਰਿਹਾ, ਆਪਣੇ ਜੁਗਰਾਜ ਸਿੰਘ ਸੁਰੈਨ, ਉਹਨਾਂ ਨੇ ਸਾਨੂੰ ਕਾਫੀ ਮੈਨੂੰ ਉਹਨਾਂ ਨੇ ਇੱਦਾਂ ਮਤਲਬ ਕਿ ਕੋਸ਼ਿਸ਼ ਕੀਤੀ ਕਿ ਤੁਸੀਂ ਕੈਰੀ ਔਨ ਰੱਖੋ, ਅਸੀਂ ਵਿੱਚ ਹੋਈਏ ਜਾਂ ਨਾ। ਉਹਨਾਂ ਦੀ ਯਾਦ ਵਿੱਚ ਅਸੀਂ ਜਦੋਂ ਅਸੀਂ ਸ਼ੁਰੂ ਹੋਏ ਹਾਂ, ਪਲੇਜ ਫਾਰਮ ਲੈ ਕੇ ਗਏ ਹਾਂ, ਪਹਿਲੇ ਦਿਨ ਉਹਨਾਂ ਕੋਲ ਘਰ ਗਏ ਹਾਂ, ਸਾਨੂੰ ਕਾਫੀ ਜੋ ਵੀ ਉਹਨਾਂ ਨੇ ਮੋਰ ਦੈਨ ਇਨਾਫ ਦਿੱਤੀ ਆ। ਉਹ ਕਹਿੰਦੇ ਸੀ ਕੈਰੀ ਔਨ ਰੱਖਿਓ ਇੱਕ ਕਮਿਊਨਿਟੀ ਲਈ, ਇਹ ਨਹੀਂ ਕਿ ਅਸੀਂ ਕਰੀ ਜਾਣਾ, ਹੋਰ ਵੀ ਹੋਰ ਜਾਣੇ ਮੋਹਰੇ ਆਉਣ। ਅਤੇ ਜੋ ਵੀ ਇਨਪੁੱਟ ਸਾਰੀ ਲੇਡੀਜ਼ ਨੇ ਪਾਏ ਜਾਂ ਪੰਜਾਬੀ ਕੈਨੇਡੀਅਨ ਸੀਨੀਅਰ ਸੁਸਾਇਟੀ ਨੇ ਸਾਰਾ ਸਪੋਂਸਰ ਕੀਤਾ, ਜੋ ਵੀ ਪਲੇਜ ਵਗੈਰਾ ਆਈ ਆ ਸਾਰੀ ਕੈਲਕੂਲੇਟ ਕਰਕੇ ਦੈਟ ਗੋ ਟੂ ਵਰਲਡ ਸਪਿਰਿਟ ਆਫ ਦੀ ਹੈਲਥ ਫਾਊਂਡੇਸ਼ਨ। ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ, ਕੋਈ ਨਾ ਕੋਈ ਹੁਣ ਗਾਹਾਂ ਕੋਈ ਫੋਰਵਰਡ ਆਓ ਮੁੰਡੇ,